ਤਚਕਨ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦ ਸਰਬੱਤ ਖਾਲਸਾ ਦਾ SGPC ਦੀ ਟਾਸਕ ਫੋਰਸ ਦੇ ਨਾਲ ਟਕਰਾਵ ਹੋ ਗਿਆ। ਦਰਅਸਲ ਗੁਰਦਾਸਪੁਰ ਦੇ ਗੁਰਦੁਆਰਾ ਸ਼੍ਰੀ ਛੋਟਾ ਘੱਲੂਘਾਰਾ ਦੀ ਕਮੇਟੀ ਦੇ ਪ੍ਰਧਾਨ ਮਾਸਟਰ ਜੋਹਰ ਸਿੰਘ ਨੂੰ ਸਰਬੱਤ ਖਾਲਸਾ ਦੇ ਜਥੇਦਾਰਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਸੀ, ਜਿਸ ਤੋਂ ਬਾਅਦ ਜਦ ਮਾਸਟਰ ਜੋਹਰ ਸਿੰਘ ਅਕਾਲ ਤਖ਼ਤ ਸਾਹਿਬ 'ਤੇ ਸੀ ਉਸ ਤੋਂ ਬਾਅਦ SGPC ਨੇ ਉਹਨਾਂ ਨੂੰ ਉੱਥੋਂ ਦੀ ਬਾਹਰ ਨਿਕਾਲ ਦਿੱਤਾ, ਜਿਸ ਤੋਂ ਬਾਅਦ SGPC ਦੀ ਟਾਸਕ ਫੋਰਸ ਦੀ ਕਰਮੀ ਅਤੇ ਸਰਬੱਤ ਖਾਲਸਾ ਦੇ ਵਿੱਚ ਆਪਸ ਵਿੱਚ ਤਣਾਅ ਹੋ ਗਿਆ। ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਲਈ ਆਇਆ ਸਾਂ, ਦੇਖ ਕਰਾ ਕੇ ਅੰਦਰ ਜਾ ਕੇ ਦਰਸ਼ਨ ਕਰਕੇ ਮੱਥਾ ਟੇਕ ਕੇ ਬੈਠਿਆ ਸਾਂ, ਅੰਦਰ ਬਾਣੀ ਸੁਣ ਰਿਹਾ ਸਾਂ। ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ, ਮੈਨੇਜਰ, ਟਾਸਕ ਫੋਰਸ ਦੇ ਮੁਲਾਜ਼ਮ ਸਾਰੇ ਹੀ ਜ਼ੋਰ ਨਾਲ ਚੁੱਕ ਕੇ ਮੈਨੂੰ ਧੱਕੇ ਮਾਰ ਕੇ ਬਾਹਰ ਲੈ ਕੇ ਆਏ। ਮੇਰਾ ਮੋਬਾਈਲ ਵੀ ਡਿੱਗ ਪਿਆ ਔਰ ਮੋਬਾਈਲ ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਨੇ ਚੁੱਕਿਆ, ਉਹ ਹੁਣ ਤੱਕ ਨਹੀਂ ਦਿੱਤਾ। ਉਹਨਾਂ ਧੱਕੇ ਮਾਰ ਕੇ ਚੁੱਕ ਕੇ ਲੱਤਾਂ ਤੋਂ ਬਾਹਾਂ ਤੋਂ ਫੜ ਕੇ ਚੁੱਕ ਕੇ ਬਾਹਰ ਨਹੀਂ ਲਿਆਉਂਦੇ, ਬਾਹਰ ਕੱਢਤਾ। ਮੈਂ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ, ਉੱਥੇ ਅੰਦਰ ਪੇਸ਼ ਹੋਣ ਲਈ ਆਇਆ ਸਾਂ, ਅੰਦਰ ਮੱਥਾ ਟੇਕਿਆ। ਕਾਰਨ ਨੂੰ ਔਰ ਇਹਦੇ ਬਾਰੇ ਉਹਨਾਂ ਜਿਨ੍ਹਾਂ ਨੇ ਮੈਨੂੰ ਧੱਕੇ ਮਾਰੇ ਆ, ਜਿਨ੍ਹਾਂ ਨੇ ਮੈਨੂੰ ਚੁੱਕ ਕੇ ਬਾਹਰ ਕੱਢਿਆ, ਉਹਨਾਂ ਦੇ ਖਿਲਾਫ਼ ਐਕਸ਼ਨ ਲੈਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਐਕਸ਼ਨ ਲੈਣਾ ਚਾਹੀਦਾ, ਲੇਕਿਨ ਪ੍ਰਧਾਨ ਲਏਗਾ ਨਹੀਂ, ਕਿਉਂਕਿ ਪ੍ਰਧਾਨ 'ਤੇ ਜਿਹੜੇ ਕੁਰਾਹ ਰਿਹਾ, ਪ੍ਰਧਾਨ 'ਤੇ ਖੁਦ ਦੋਸ਼ੀ ਹੈ। ਪ੍ਰਧਾਨ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਜਿਹੜੇ ਆ ਉਹ ਅੱਤ ਘਿਨਾਉਣੇ ਕਾਰਵਾਈਆਂ ਕਰ ਰਹੇ ਆ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।